ਚੌਦਾਂ ਤਬਕ ਤੋਂ ਵੱਡਾ ਜਿਹੜਾ ਸ਼ਾਰਕ ਵਿੱਚ ਕਿੰਜ ਬੈਠਾ ਹੈ ਚਾਲ ਉਹਦੀ ਤੋਂ ਮੈਂ ਹੈਰਾਨ ਵਾਕਫ ਖੋਰ ਕਿਹੜਾ ਹੈ ਤੇ ਅਯੂਬ ਮਿਸਲੀ ਤੇ ਜਿੰਨੇ ਵੀ ਇਹ ਅਕਲ ਦੁੜਾਈਏ ਅਲਫ ਤੇ ਮੀਮ ਚ ਫਰਕ ਨਾ ਲੱਭਿਆ ਇੰਨਾ ਮਾਂ ਜਿਸ ਪੜਿਆ ਹੈ ਤੇ ਮਾਸ਼ਰ ਨੂੰ ਫਿਰ ਵੇਖੀ ਤੈਨੂੰ ਭੋਰਾ ਫਰਕ ਵੀ ਨਹੀਂ ਲੱਗਣਾ ਇਸ ਤਰ੍ਹਾਂ ਲੱਗਣਾ ਦੋ ਸ਼ਕਲਾਂ ਵਿੱਚ ਆਪੇ ਇੱਕ ਮਿੰਟ ਹੋ ਜਾਣਾ ਮਾਸ਼ਰ ਨੂੰ ਫਿਰ ਵੇਖੀ ਤੈਨੂੰ ਭੋਰਾ ਫਰਕ ਵੀ ਨਹੀਂ ਲੱਗਣਾ ਇਸ ਤਰ੍ਹਾਂ ਲੱਗਣਾ ਦੋ ਸ਼ਕਲਾਂ ਵਿੱਚ ਆਪੇ ਇੱਕ ਮਿੰਟ ਹੋ ਜਾਏ ਤੇ ਉਹ ਗਫਾਰ ਕਹਾਸ ਦਿੰਦਾ ਉਹਦੀਆਂ ਉੱਚੀਆਂ ਸ਼ਾਨਾਂ ਨੇ ਮੈਂ ਮਿੱਟੀ ਦਾ ਮਿੱਟੀ ਹੋਣਾ ਮੇਰਾ ਵਸ ਫਿਰ ਕਾਹਦਾ ਹੈ ਉਹ ਗਫਾਰ ਕਹਾਸ ਦਿੰਦਾ ਉਹਦੀਆਂ ਉੱਚੀਆਂ ਸ਼ਾਨਾਂ ਨੇ ਮੈਂ ਮਿੱਟੀ ਦਾ ਮਿੱਟੀ ਹੋਣਾ ਮੇਰਾ ਵਸ ਫਿਰ ਕਾਹਦਾ ਹੈ ਤੇ ਭਾਵੇਂ ਗੰਗਾ ਨਾਲੇ ਸੱਜਣ ਭਾਵੇਂ ਕਾਬੇ ਲੱਖ ਤੂੰ ਜਾ ਭਾਵੇਂ ਗੰਗਾ ਨਾਲੇ ਸੱਜਣ ਭਾਵੇਂ ਕਾਬੇ ਲੱਖ ਤੂੰ ਜਾ ਅਮਲਾਂ ਤੇ ਗੱਲ ਮੁੱਕਣੀ ਹੈ ਕਿਹੜਾ ਕਿੰਨਾ ਚਿੱਟਾ ਹੈ ਭਾਵੇਂ ਗੰਗਾ ਨਾਲੇ ਸੱਜਣ ਭਾਵੇਂ ਕਾਬੇ ਲੱਖ ਤੂੰ ਜਾ ਅਮਲਾਂ ਤੇ ਗੱਲ ਮੁੱਕਣੀ ਹੈ ਕਿਹੜਾ ਕਿੰਨਾ ਚਿੱਟਾ ਹੈ ਤੇ ਮਾਪੇ ਦੋਵੇਂ ਮੁਰਸ਼ਦ ਵੱਡੇ ਤੇਰੀ ਦੋਜ਼ਖ ਜੰਨਤ ਨੇ ਮਾਪੇ ਦੋਵੇਂ ਮੁਰਸ਼ਦ ਵੱਡੇ ਤੇਰੀ ਦੋਜ਼ਖ ਜੰਨਤ ਨੇ ਆਪੇ ਦੱਸ ਤੂੰ ਕਮਲਿਆ ਚੱਲਿਆ ਕਿਹੜਾ ਪਾਸਾ ਮਲਿਆ ਏ ਤੇ ਜਿਸ ਦੇ ਕਮੀ ਹੈ ਫਰਿਸ਼ਤੇ ਕਿੰਨਾ ਵੱਡਾ ਹੋਵੇਗਾ ਕਮੀ ਹੈ ਫਰਿਸ਼ਤੇ ਕਿੰਨਾ ਵੱਡਾ ਹੋਵੇਗਾ ਮਾਲਕ ਨੂੰ ਜੋ ਪੈਂਦਾ ਲਾਣਤ ਖੱਟ ਕੇ ਬਣਦਾ ਕੁੱਤਾ ਏ ਜਿਸ ਦੇ ਕਮੀ ਹੈ ਫਰਿਸ਼ਤੇ ਕਿੰਨਾ ਵੱਡਾ ਹੋਵੇਗਾ ਮਾਲਕ ਨੂੰ ਜੋ ਪੈਂਦਾ ਲਾਣਤ ਖੱਟ ਕੇ ਬਣਦਾ ਕੁੱਤਾ ਏ ਤੇ ਇਹੋ ਗੱਲ ਰਬਾਬ ਨੇ ਸੁਣ ਕੇ ਉੱਥੇ ਨਜ਼ਮ ਮਕਾਈ ਸੀ ਜਿੱਥੇ ਇਹਨੂੰ ਆਖਿਆ ਲੋਕਾਂ ਤੇਰਾ ਸ਼ੇਰ ਬੇਤੁਕਾ ਹੈ।